ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ ਐਂਡ ਗੁੱਡ ਮਾਰਨਿੰਗ ਭਾਈ ਸਾਹਿਬ। ਮੈਂ ਫੈਲੋਸ਼ਿਪ ਪੈਕ ਗੁਰਬਾਜ ਗਿੱਲ ਐਂਡ ਗੁਰਨਾਜ ਗਿੱਲ, ਸਾਡੀ ਇੱਥੇ ਭੈਣ ਜੀ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਵਕੀਲ ਹੈ, ਤਾਂ ਉਹਨਾਂ ਨੂੰ ਮੁਬਾਰਕਾਂ ਦੇਣਾ ਜਿਹੜਾ ਮੈਂ ਫੈਲੋਸ਼ਿਪ ਪੈਕ ਦਾ ਕੰਮ ਸ਼ੁਰੂ ਕੀਤਾ ਹੈ। ਪਾਕਿਸਤਾਨ ਦੇ ਵਿੱਚ ਰਹਿ ਕੇ ਕ੍ਰਿਸਚਨ ਕਮਿਊਨਿਟੀ ਵਾਸਤੇ ਕਹਿ ਲਓ, ਹਿੰਦੂ ਵਾਸਤੇ ਕਹਿ ਲਓ, ਸਿੱਖ, ਫਾਰਸੀ, ਇਹ 'ਚ ਹਰ ਕੋਈ ਆਉਂਦਾ, ਠੀਕ ਹੈ। ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਉਹ ਕਰਦੇ ਪਏ ਆਪਣੀ ਪੋਕਟ ਦੇ ਵਿੱਚੋਂ, ਠੀਕ ਹੈ। ਆਪਣੇ ਖਰਚੇ ਏਡੀ ਦੂਰ ਸੱਤ ਸਮੁੰਦਰ ਰਹਿ ਕੇ ਇੱਧਰ ਦੇ ਖਰਚੇ ਕਰਨਾ ਬਹੁਤ ਔਖੀ ਗੱਲ ਹੈ, ਲੇਕਿਨ ਇਹ ਵੇ ਉਹਨਾਂ ਨੂੰ ਵਾਹਿਗੁਰੂ ਨੇ, ਅੱਲਾਹ ਤਾਲਾ ਨੇ ਐਂਡ ਜੀਸਸ ਪਾਕ ਨੇ ਤੰਦਰੁਸਤੀ ਦਿੱਤੀ ਜਾਂ ਉਹਨਾਂ ਨੂੰ ਤਫੀਕ ਦਿੱਤੀ ਹੈ, ਉਹ ਸਾਡੇ ਵਾਸਤੇ ਕੰਮ ਕਰਦੇ ਪਏ ਆ। ਵਾਹਿਗੁਰੂ, ਅੱਲਾਹ ਤਾਲਾ, ਜੀਸਸ ਪਾਕ ਵੀ ਇਹਨਾਂ ਨੂੰ ਤੰਦਰੁਸਤੀ ਦੇ। ਫੈਲੋ ਪਿਆਰ ਦੀ ਸਾਰੀ ਟੀਮ ਨੂੰ ਮੈਂ ਮੁਬਾਰਕਬਾਦ ਦੇਣਾ ਵਾ, ਇਹਨਾਂ ਨੂੰ ਹੋਰ ਜੀਸਸ ਪਾਕ ਤੰਦਰੁਸਤੀ ਦੇ ਤਾਂ ਕਿ ਹੋਰ ਦੁਨੀਆਂ ਵਾਸਤੇ ਕੁਛ ਵੀ ਕਰ ਸਕਣ, ਠੀਕ ਹੈ। ਤੇ ਮੈਂ ਤੁਹਾਨੂੰ ਆਪਣਾ ਤਾਰਕ ਕਰਾਵਾਂ, ਮੇਰਾ ਨਾਮ ਜੋਰਡਨ ਹੈ, ਮੈਂ ਪਾਕਿਸਤਾਨ 'ਚ ਰਹਿੰਦਾ ਵਾਂ, ਮੈਂ ਫੈਸਲਾਬਾਦ ਤੋਂ ਬਿਲੋਂਗ ਕਰਦਾ ਜਿਹਦਾ ਨਾਂ ਸੀ ਪਹਿਲੇ ਲੈਕਪੁਰ। ਤੇ ਸਾਡੀ ਇੱਕ ਸੀ ਡੀ ਹੈ ਜਿਹੜੀ ਥੋੜ੍ਹੀ ਦੇਰ ਬਾਅਦ ਕਹਿ ਲਓ ਇੱਕ ਮੰਥ ਬਾਅਦ ਕਹਿ ਲਓ ਜਾਂ ਦੋ ਮਹੀਨੇ ਬਾਅਦ ਤੱਕ ਰਿਲੀਜ਼ ਹੋ ਰਹੀ ਹੈ, ਅਤੇ ਅਸੀਂ ਮੈਂ ਉਹਨੂੰ ਤੁਹਾਡੇ ਅੱਗੇ ਪੇਸ਼ ਕਰਨਾ ਚਾਹੁੰਦਾ ਆਪਣਾ ਸੀ ਡੀ ਦਾ ਟਾਈਟਲ ਸੌਂਗ, ਕਿਉਂਕਿ ਮੈਂ ਐਜ਼ ਏ ਰੈਪਰ ਵੀ ਹਾਂ, ਮਿਊਜ਼ੀਸ਼ੀਅਨ ਵੀ ਹਾਂ। ਆਪਣੇ ਛੋਟਾ ਭਾਈ ਹੈ ਮੇਰਾ ਸੁਨੀਲ ਭਾਈ ਹੈ, ਉਹਨਾਂ ਦੇ ਨਾਲ ਮੈਂ ਗਾਉਂਦਾ ਵਾਂ, ਅਤੇ ਇਹ ਤੁਹਾਡੇ ਵਾਸਤੇ ਸਾਡੇ ਗਿੱਲ ਭਾਈ ਜੀ, ਉਹਨਾਂ ਦੀ ਪੂਰੀ ਟੀਮ ਨੂੰ, ਮੇਰੇ ਲੋਕ, ਆਈ ਲਵ ਯੂ, ਇਹ ਗਾਣਾ ਉਹਨਾਂ ਵਾਸਤੇ ਡੈਡੀਕੇਟ ਕਰਨਾ। ਮੁੰਡੇ ਫੈਸਲਾਬਾਦੀ ਨੇ ਜਿੱਦਾਂ ਨੱਚਦੇ, ਮੁੰਡੇ ਫੈਸਲਾਬਾਦੀ ਨੇ ਜਿੱਦਾਂ ਨੱਚਦੇ, ਨਾਲ ਕਰਨ ਇਸ਼ਾਰੇ ਜਦੋਂ ਅੱਖਦੇ ਤੇ ਮਹਿਮਾ ਦੇ ਵੀ ਦਿਲ ਧੜਕੇ, ਮਹਿਮਾ ਦੇ ਵੀ ਦਿਲ ਧੜਕੇ, ਆਈ ਲਵ ਯੂ, ਚੱਕ ਦੋ ਫੱਟੇ ਗਿੱਲ ਭਾਜੀ, ਨੱਪ ਦੋ ਢਿੱਲੀ।